देश विदेश दीयां खबरां सब तो पहला देखन लई पंजाबी स्टेशन यूट्यूब चैनल नू सबसक्राइब करो। फेसबुक अते इंस्टाग्राम उपभोक्ता पंजाबी स्टेशन पेज नू लाइक अते फॉलो करो। अपने सुझाव कमेंट बॉक्स विच जरूर दसो। खबरां अते इश्तिहार देण लई 9417574552 ते संपर्क करो। धन्यवाद। ये जिहड़ा मुंडा वा असीं कल अलीवर रोड तो इहनूं गिरफ़्तार किया वा 3 वैपन्स दे नाल। तो ये मानदार पिंड रमदास दे विच थाणा रमदास च पैंदा वा। तो इहदा पिछला लिंक जिहड़ा वा गैंगस्टर हैप्पी पछियां दे नाल आ, उहने इहनूं ये वैपन्स दित्ते सी। अगे तफ्तीश चल रही है कि यह किस तरह इहदे कोल आए। खास ये मुढ़ली पुछगिछ पता लगा होवे कि ये कोई क्राइम रिकॉर्ड। ये दो साथी होर ने, एक रिंका है वह भी रमदास का है, एक जॉन मसीह है। जिहड़े इन्हां ने गैंग बनाया ही कि अहीं कोई भी लुट्टां दीआं वारदातां जिहड़ियां उन्हां नूं अंजाम देण लई आपां इह वैपनां दा इस्तेमाल करांगे, कि को एक्सट्रोशन करनी आ वो करांगे। ਜਿਹੜੇ ਵੈਪਨਸ ਨੇ ਇਹ ਕਿੱਦਾਂ ਦੇ ਵੈਪਨਸ ਨੇ, ਵਿਦੇਸ਼ੀ ਹੈ ਜਾਂ ਦੇਸੀ? ਇਹ ਦੋ ਵੈਪਨ ਜਿਹੜੇ ਨੇ ਉਹ ਤਾਂ ਕੰਟਰੀ ਮੇਡ ਨੇ, ਅਤੇ ਇੱਕ ਵੈਪਨ ਜਿਹੜਾ ਵਾ ਉਹ ਬਾਹਰ ਦਾ ਫੋਰਨ ਆ, 9mm ਪਿਸਟਲ ਆ। ਹਾਂਜੀ, ਪਹਿਲੇ ਵੀ ਕੋਈ ਮਾਮਲੇ ਦਰਜ ਹੈਗੇ ਆ ਇਹਦੇ 'ਤੇ? ਬਿਲਕੁਲ, ਇੱਕ ਪਰਚਾ ਇੱਥੇ ਫੀਮ ਦਾ ਦਰਜ ਆ, ਅਤੇ ਥੋੜ੍ਹਾ ਚਿਰ ਪਹਿਲਾਂ ਹੀ ਇਹ ਜੇਲ੍ਹ 'ਚੋਂ ਆਇਆ ਸੀ, ਹੁਣ ਫਿਰ ਆ ਕੇ ਇਹ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਤਿਆਰ ਸੀ। ਫੈਮਿਲੀ ਬੈਕਗਰਾਊਂਡ ਨਹੀਂ ਹੈ? ਨਹੀਂ, ਫੈਮਿਲੀ ਬੈਕਗਰਾਊਂਡ 'ਚ ਨਹੀਂ, ਇਹ ਆਪ ਹੀ ਫੀਮ ਦੇ ਪਰਚੇ 'ਚ ਪਹਿਲਾਂ ਬੰਦ ਸੀ ਅੰਮ੍ਰਿਤਸਰ ਜੇਲ੍ਹ 'ਚ। ਇਹ ਜਿਹੜਾ ਮੁੰਡਾ ਵਾ ਅਸੀਂ ਕੱਲ੍ਹ ਅਲੀਵਾਲ ਰੋਡ ਤੋਂ ਇਹਨੂੰ ਗ੍ਰਿਫਤਾਰ ਕੀਤਾ ਵਾ 3 ਵੈਪਨਸ ਦੇ ਨਾਲ। ਅਤੇ ਇਹ ਮਾਨਦਾਰ ਪਿੰਡ ਰਮਦਾਸ ਦੇ ਵਿੱਚ ਥਾਣਾ ਰਮਦਾਸ 'ਚ ਪੈਂਦਾ ਵਾ। ਅਤੇ ਇਹਦਾ ਪਿਛਲਾ ਲਿੰਕ ਜਿਹੜਾ ਵਾ ਗੈਂਗਸਟਰ ਹੈਪੀ ਪਛੀਆਂ ਦੇ ਨਾਲ ਆ, ਉਹਨੇ ਇਹਨੂੰ ਇਹ ਵੈਪਨਸ ਦਿੱਤੇ ਸੀ। ਅੱਗੇ ਤਫ਼ਤੀਸ਼ ਚੱਲ ਰਹੀ ਹੈ ਕਿ ਇਹ ਕਿਸ ਤਰ੍ਹਾਂ ਇਹਦੇ ਕੋਲ ਆਏ। ਕੋਈ ਖਾਸ ਇਹ ਮੁੱਢਲੀ ਪੁੱਛਗਿਛ ਪਤਾ ਲੱਗਾ ਹੋਵੇ ਕਿ ਇਹਦੇ ਕੋਈ ਕ੍ਰਾਈਮ ਰਿਕਾਰਡ? ਇਹਦੇ ਦੋ ਸਾਥੀ ਹੋਰ ਨੇ, ਇੱਕ ਰਿੰਕਾ ਹੈ ਉਹ ਵੀ ਰਮਦਾਸ ਦਾ ਹੈ, ਇੱਕ ਜੌਨ ਮਸੀਹ ਹੈ। ਜਿਹੜੇ ਇਹਨਾਂ ਨੇ ਗੈਂਗ ਬਣਾਇਆ ਸੀ ਕਿ ਅਸੀਂ ਕੋਈ ਵੀ ਲੁੱਟਾਂ ਦੀਆਂ ਵਾਰਦਾਤਾਂ ਜਿਹੜੀਆਂ ਉਹਨਾਂ ਨੂੰ ਅੰਜਾਮ ਦੇਣ ਲਈ ਆਪਾਂ ਇਹ ਵੈਪਨਾਂ ਦਾ ਇਸਤੇਮਾਲ ਕਰਾਂਗੇ, ਕਿ ਕੋ ਐਕਸਟ੍ਰੋਸ਼ਨ ਕਰਨੀ ਆ ਉਹ ਕਰਾਂਗੇ। ਜਿਹੜੇ ਵੈਪਨਸ ਨੇ ਇਹ ਕਿੱਦਾਂ ਦੇ ਵੈਪਨਸ ਨੇ, ਵਿਦੇਸ਼ੀ ਹੈ ਜਾਂ ਦੇਸੀ? ਇਹ ਦੋ ਵੈਪਨ ਜਿਹੜੇ ਨੇ ਉਹ ਤਾਂ ਕੰਟਰੀ ਮੇਡ ਨੇ, ਅਤੇ ਇੱਕ ਵੈਪਨ ਜਿਹੜਾ ਵਾ ਉਹ ਬਾਹਰ ਦਾ ਫੋਰਨ ਆ, 9mm ਪਿਸਟਲ ਆ। ਹਾਂਜੀ, ਪਹਿਲੇ ਵੀ ਕੋਈ ਮਾਮਲੇ ਦਰਜ ਹੈਗੇ ਆ ਇਹਦੇ 'ਤੇ? ਬਿਲਕੁਲ, ਇੱਕ ਪਰਚਾ ਇੱਥੇ ਫੀਮ ਦਾ ਦਰਜ ਆ, ਅਤੇ ਥੋੜ੍ਹਾ ਚਿਰ ਪਹਿਲਾਂ ਹੀ ਇਹ ਜੇਲ੍ਹ 'ਚੋਂ ਆਇਆ ਸੀ, ਹੁਣ ਫਿਰ ਆ ਕੇ ਇਹ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਤਿਆਰ ਸੀ। ਫੈਮਿਲੀ ਬੈਕਗਰਾਊਂਡ ਨਹੀਂ ਹੈ? ਨਹੀਂ, ਫੈਮਿਲੀ ਬੈਕਗਰਾਊਂਡ 'ਚ ਨਹੀਂ, ਇਹ ਆਪ ਹੀ ਫੀਮ ਦੇ ਪਰਚੇ 'ਚ ਪਹਿਲਾਂ ਬੰਦ ਸੀ ਅੰਮ੍ਰਿਤਸਰ ਜੇਲ੍ਹ 'ਚ। ਦੇਸ਼ ਵਿਦੇਸ਼ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬੀ ਸਟੇਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾ ਪੰਜਾਬੀ ਸਟੇਸ਼ਨ ਪੇਜ ਨੂੰ ਲਾਈਕ ਅਤੇ ਫੋਲੋ ਕਰੋ। ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਖਬਰਾਂ ਅਤੇ ਇਸ਼ਤਿਹਾਰ ਦੇਣ ਲਈ 9417574552 'ਤੇ ਸੰਪਰਕ ਕਰੋ। ਧੰਨਵਾਦ।